ਕੀ ਤੁਹਾਡੇ ਵੀ ਹੱਥ ਪੈਰ ਜਿਹੜੇ ਆ ਬੜੀ ਜਲਦੀ ਸੁੰਨ ਪੈ ਜਾਂਦੇ ਨੇ, ਜਾਂ ਅਸੀਂ ਕਹੀਏ ਕਿ ਇੱਕਦਮ ਝੰਝਨਾਹਟ ਜੀ ਹੱਥਾਂ ਜਾਂ ਪੈਰਾਂ ਵਿੱਚ ਫੀਲ ਹੁੰਦੀ ਹੈ, ਜਿਸ ਨੂੰ ਆਪਾਂ ਸੂਈਆਂ ਚੁੱਭਣਾ ਵਰਗਾ ਵੀ ਫੀਲ ਕਰ ਸਕਦੇ ਹਾਂ, ਜਾਂ ਫਿਰ ਆਪਾਂ ਕਹਿੰਦੇ ਹਾਂ ਕਿ ਕੀੜੀਆਂ ਜਿਹੀਆਂ ਚੱਲਣ ਲੱਗਦੀਆਂ, ਇੱਕਦਮ ਖੜ੍ਹੇ ਹੋ ਜਾਈਏ ਤਾਂ ਐਂ ਲੱਗਦਾ ਕਿ ਲੱਤਾਂ ਵਿੱਚ ਤਾਂ ਜਾਨ ਹੀ ਨਹੀਂ, ਐਂ ਲੱਗਦਾ ਬਸ ਹੁਣ ਡਿੱਗੇ ਅਤੇ ਹੁਣ ਡਿੱਗੇ। ਔਰ ਜਾਂ ਆਪਾਂ ਜਿਹਨੂੰ ਆਮ ਭਾਸ਼ਾ ਵਿੱਚ ਕਹਿ ਸਕਦੇ ਹਾਂ ਕਿ ਅਸੀਂ ਕਹਿ ਦਿੰਦੇ ਹਾਂ ਮੇਰੀ ਲੱਤ ਸੋ ਗਈ, ਮੇਰਾ ਪੈਰ ਸੋ ਗਿਆ, ਮੇਰੀ ਬਾਂਹ ਸੋ ਗਈ, ਮੇਰਾ ਹੱਥ ਸੋ ਗਿਆ, ਆਖਿਰ ਸਾਡੇ ਹੱਥ ਪੈਰ ਸੌਂ ਕਿਉਂ ਜਾਂਦੇ ਨੇ? ਹੁੰਦਾ ਹੈ ਕਿ ਅਗਰ ਕਦੇ ਕਦਾਰ ਤੁਹਾਡੇ ਨਾਲ ਇਹ ਪ੍ਰੋਬਲਮ ਹੋ ਰਹੀ ਹੈ ਤਾਂ ਅਸੀਂ ਉਸਨੂੰ ਬੋਲ ਸਕਦੇ ਹਾਂ ਕਿ ਸਾਡਾ ਬੈਠਣ ਦਾ ਜਾਂ ਲੇਟਣ ਦਾ ਜਾਂ ਖੜ੍ਹੇ ਹੋਣ ਦਾ ਤਰੀਕਾ ਸ਼ਾਇਦ ਗਲਤ ਸੀਗਾ, ਜਿਸ ਕਰਕੇ ਬਲੱਡ ਫਲੋ ਉਸ ਔਰਗਨ ਤੱਕ ਨਹੀਂ ਹੋ ਪਾਇਆ, ਜਿਸ ਕਰਕੇ ਆਕਸੀਜਨ ਉਸ ਔਰਗਨ ਤੱਕ ਨਹੀਂ ਪਹੁੰਚ ਪਾਈ, ਜਿਸ ਕਰਕੇ ਥੋੜ੍ਹੀ ਦੇਰ ਲਈ ਲੱਤ ਬਾਂਹ ਸੁੰਨ ਹੋ ਸਕਦੀ ਹੈ। ਪਰ ਅਗਰ ਰੈਗੂਲਰ ਤੁਹਾਡੇ ਨਾਲ ਹੋ ਰਿਹਾ ਨਾ ਅਜਿਹਾ, ਤਾਂ ਤੁਹਾਨੂੰ ਇੱਥੇ ਸਾਵਧਾਨ ਜ਼ਰੂਰ ਹੋ ਜਾਣਾ ਚਾਹੀਦਾ, ਕਿਉਂਕਿ ਅਗਰ ਤੁਹਾਡੇ ਨਾਲ ਲਗਾਤਾਰ ਇਹ ਚੀਜ਼ ਹੋ ਰਹੀ ਹੈ, ਸਰੀਰ ਬੇਜਾਨ ਜਿਹਾ ਵੀ ਫੀਲ ਹੁੰਦਾ ਹੈ, ਲੱਤਾਂ ਵਿੱਚ ਇੱਕਦਮ ਐਂ ਲੱਗਦਾ ਤੁਰਦੇ ਤੁਰਦੇ ਕਿ ਜਾਨ ਬਿਲਕੁਲ ਹੀ ਨਹੀਂ ਰਹੀ, ਕਮਜ਼ੋਰੀ ਬਹੁਤ ਜ਼ਿਆਦਾ ਫੀਲ ਹੋ ਰਹੀ ਹੈ, ਤਾਂ ਇਹ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਨਰਵਸ ਸਿਸਟਮ ਹੈ ਉਹ ਵੀਕ ਹੋ ਰਿਹਾ ਹੈ, ਅਤੇ ਕੱਲ੍ਹ ਨੂੰ ਉਮਰ ਵਧਣ ਦੇ ਨਾਲ ਨਾਲ ਇਹ ਤੁਹਾਡੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਸਕਦੀ ਹੈ। ਜੇਕਰ ਅੱਜ ਹੀ ਤੁਸੀਂ ਆਪਣੀ ਡਾਇਟ ਵਿੱਚ ਕੁਛ ਸੁਧਾਰ ਨਹੀਂ ਕਰੋਗੇ ਤਾਂ ਕੱਲ੍ਹ ਨੂੰ ਤੁਹਾਨੂੰ ਡਾਕਟਰ ਤੋਂ ਵੱਡੇ ਵੱਡੇ ਟ੍ਰੀਟਮੈਂਟ ਵੀ ਕਰਵਾਉਣੇ ਪੈ ਸਕਦੇ ਨੇ, ਕਿਉਂਕਿ ਨਰਵ ਸਿਸਟਮ ਦੇ ਨਾਲ ਹੀ ਸਾਡੀ ਪੂਰੀ ਬੋਡੀ ਚੱਲ ਰਹੀ ਹੈ। ਕਿਤੇ ਵੀ ਅਗਰ ਸਾਡਾ ਨਰਵ ਸਿਸਟਮ ਕਮਜ਼ੋਰ ਪੈ ਜਾਂਦਾ ਹੈ ਤਾਂ ਉਹ ਸਾਡੀ ਬੋਡੀ ਦੇ ਲਈ ਜਾਂ ਉਸ ਖਾਸ ਔਰਗਨ ਦੇ ਲਈ ਜਿੱਥੇ ਨਰਵ ਸਿਸਟਮ ਕਮਜ਼ੋਰ ਪੈ ਗਿਆ ਉਹ ਬਹੁਤ ਵੱਡੀ ਪਰੇਸ਼ਾਨੀ ਬਣ ਸਕਦੀ ਹੈ। ਸੋ ਅੱਜ ਆਪਾਂ ਇਸੇ ਦੇ ਉੱਪਰ ਗੱਲ ਕਰਨੀ ਹੈ ਕਿ ਪ੍ਰੋਬਲਮ ਹੁੰਦੀ ਕਿਉਂ ਹੈ, ਇਹ ਤਾਂ ਆਪਾਂ ਗੱਲ ਕਰ ਲਈ ਹੈ, ਪਰ ਇੱਥੇ ਮੈਂ ਵੀ ਦੱਸਦਾ ਕਿ ਜਿਸਦੀ ਇਹ ਪ੍ਰੋਬਲਮ ਐਕਸਟ੍ਰੀਮ ਲੈਵਲ 'ਤੇ ਪਹੁੰਚ ਗਈ ਹੈ ਨਾ, ਤਾਂ ਉਸਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸ਼ਾਇਦ ਵੈਸੇ ਹੀ ਹੁੰਦਾ ਜਾਂ ਮੇਰੇ ਵਿੱਚ ਕੋਈ ਵੀਕਨੈਸ ਹੀ ਹੈ। ਤੁਹਾਨੂੰ ਡਾਕਟਰ ਕੋਲ ਜ਼ਰੂਰ ਚਲੇ ਜਾਣਾ ਚਾਹੀਦਾ ਹੈ, ਡਾਕਟਰ ਤੋਂ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ। ਪਰ ਅਗਰ ਕਿਸੇ ਨੂੰ ਹਾਲੇ ਕਦੇ ਕਦਾਰ ਇਹ ਹੋ ਰਿਹਾ ਨਾ, ਤਾਂ ਅੱਜ ਦੀ ਵੀਡੀਓ ਧਿਆਨ ਨਾਲ ਜ਼ਰੂਰ ਸੁਣ ਲਓ, ਵੇਖ ਲਓ, ਹੋਰਾਂ ਨਾਲ ਵੀ ਸਾਂਝੀ ਕਰ ਦਿਓ ਕਿ ਇਹ ਆਦਤਾਂ ਤੁਸੀਂ ਆਪਣੀ ਲਾਈਫ ਵਿੱਚ ਅਪਣਾ ਲਓ ਖਾਣ ਪੀਣ ਦੀਆਂ, ਅਤੇ ਕਿਹੜੀ ਕਿਹੜੀ ਚੀਜ਼ ਦੀ ਡੈਫੀਸ਼ੈਂਸੀ ਦੇ ਨਾਲ ਤੁਹਾਨੂੰ ਇਹ ਹੋ ਰਿਹਾ ਇਹ ਵੀ ਤੁਸੀਂ ਜਾਣ ਲਓ। ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਡੈਫੀਸ਼ੈਂਸੀ ਦੀ ਤਾਂ ਉਹ ਹੈ ਵਿਟਾਮਿਨ B12 ਦੀ ਡੈਫੀਸ਼ੈਂਸੀ। ਜੀ ਹਾਂ, ਕਿਉਂਕਿ ਵਿਟਾਮਿਨ B12 ਕੀ ਕੰਮ ਕਰਦਾ, ਜਿਹੜਾ ਸਾਡਾ ਨਰਵਸ ਸਿਸਟਮ ਹੈ ਉਸ ਵਿੱਚ ਜਿਹੜੇ ਸਾਡੇ ਨਰਵ ਸੈੱਲ ਨੇ ਉਹਨਾਂ ਨੂੰ ਪ੍ਰੋਟੈਕਟਿਵ ਕਵਰਿੰਗ, ਉਹਨਾਂ ਦੀ ਪ੍ਰੋਟੈਕਟਿਵ ਕਵਰਿੰਗ ਬਣਾਉਣ ਦਾ ਕੰਮ ਜੋ ਹੈ ਵਿਟਾਮਿਨ B12 ਕਰਦਾ ਹੈ। ਹਾਲਾਂਕਿ ਜਿਹੜੀ ਪ੍ਰੋਟੈਕਟਿਵ ਕਵਰਿੰਗ ਹੁੰਦੀ ਹੈ ਪ੍ਰੋਟੀਨ ਦੀ ਬਣਦੀ ਹੈ, ਪਰ ਇਸਨੂੰ ਬਣਾਉਣ ਦੇ ਲਈ, ਇਹ ਕਵਰਿੰਗ ਬਣਾਉਣ ਦੇ ਲਈ ਇੱਥੇ ਵਿਟਾਮਿਨ B12 ਦਾ ਬਹੁਤ ਖਾਸ ਰੋਲ ਹੈ। ਵਿਟਾਮਿਨ B12 ਹੋਏਗਾ ਤਾਂ ਇਹ ਕਵਰਿੰਗ ਬਣ ਪਾਏਗੀ, ਨਹੀਂ ਤਾਂ ਇਹ ਸਹੀ ਢੰਗ ਨਾਲ ਨਹੀਂ ਬਣਦੀ, ਅਤੇ ਜਦ ਕਵਰਿੰਗ ਨਹੀਂ ਹੋਏਗੀ ਤਾਂ ਤੁਸੀਂ ਸੋਚ ਲਓ ਕਿ ਨਰਵਸ ਡੈਮੇਜ ਹੋ ਸਕਦੀਆਂ ਨੇ ਕਿਸੇ ਵੀ ਢੰਗ ਦੇ ਨਾਲ, ਅਤੇ ਆਪਣੀ ਨਰਵਸ ਨੂੰ ਅਸੀਂ ਸਿਹਤਮੰਦ ਤਾਂ ਹੀ ਰੱਖ ਸਕਾਂਗੇ ਅਗਰ ਆਪਣੀ ਡਾਇਟ ਵਿੱਚ ਵਿਟਾਮਿਨ B12 ਅਸੀਂ ਲਾਂਗੇ। ਸੋ ਅਗਰ ਅਸੀਂ ਨੈਚੁਰਲ ਸੋਰਸ ਦੀ ਗੱਲ ਕਰਦੇ ਹਾਂ ਤਾਂ ਵਿਟਾਮਿਨ B12 ਦਾ ਨੈਚੁਰਲ ਸੋਰਸ ਨੋਨ ਵੈਜੀਟੇਰੀਅਨ ਡਾਇਟ ਅਸੀਂ ਮੇਨਲੀ ਮੰਨ ਸਕਦੇ ਹਾਂ, ਜਿਵੇਂ ਮੀਟ ਹੈ, ਚਿਕਨ ਹੈ, ਐਗ ਹੈ, ਮਿਲਕ ਜਾਂ ਮਿਲਕ ਪ੍ਰੋਡਕਟਸ ਨੇ। ਚਲੋ ਅਸੀਂ ਨੋਨ ਵੈਜੀਟੇਰੀਅਨ ਡਾਇਟ ਦੀ ਗੱਲ ਕਰਦੇ ਹਾਂ, ਚਿਕਨ, ਮੀਟ, ਐਗ ਇਹ ਭਾਵੇਂ ਸਾਰੇ ਨਾ ਖਾਂਦੇ ਹੋਣ, ਲੇਕਿਨ ਦੁੱਧ ਜਾਂ ਦੁੱਧ ਦੇ ਬਣੇ ਪ੍ਰੋਡਕਟ ਜਿਵੇਂ ਕਿ ਦੁੱਧ ਹੈ, ਦਹੀਂ ਹੈ, ਪਨੀਰ ਹੈ, ਇਹ ਸਭ ਤਾਂ ਅਸੀਂ ਸਾਰੇ ਹੀ ਘਰਾਂ ਵਿੱਚ ਖਾਂਦੇ ਹੀ ਹਾਂ, ਤਾਂ ਤੁਸੀਂ ਜ਼ਰੂਰ ਦੁੱਧ ਦਹੀਂ ਆਪਣੀ ਡਾਇਟ ਵਿੱਚ ਰੈਗੂਲਰ ਸ਼ਾਮਿਲ ਕਰ ਲਓ। ਪਰ ਇੱਥੇ ਸਾਰੇ ਧਿਆਨ ਜ਼ਰੂਰ ਇਹ ਦੇਣ ਕਿ ਜਦੋਂ ਆਪਾਂ ਦੁੱਧ ਦਹੀਂ ਖਾਣ ਦੀ ਅਗਰ ਗੱਲ ਕਰ ਰਹੇ ਹਾਂ, ਇਹ ਨਹੀਂ ਕਿ ਅਸੀਂ ਇੰਨਾ ਜ਼ਿਆਦਾ ਦੁੱਧ ਦਹੀਂ ਫੈਟ ਵਾਲਾ ਖਾ ਲਈਏ ਕਿ ਅਸੀਂ ਆਪਣਾ B12 ਵਧਾਉਂਦੇ ਆਪਣਾ ਵਜ਼ਨ ਵਧਾ ਲਈਏ, ਮੋਟਾਪਾ ਵਧਾ ਲਈਏ। ਸੋ ਤੁਸੀਂ ਟੋਂਡ ਜਾਂ ਡਬਲ ਟੋਂਡ ਦੁੱਧ ਹੀ ਪੀਣਾ ਜਾਂ ਡਬਲ ਟੋਂਡ ਦੁੱਧ ਦਾ ਬਣਿਆ ਦਹੀਂ ਤੁਸੀਂ ਖਾਓ, ਜਿਸ ਨਾਲ
ਨਾਲ ਤੁਹਾਨੂੰ ਦੁੱਧ ਤੋਂ ਚੰਗੀਆਂ ਚੀਜ਼ਾਂ ਮਿਲ ਜਾਣਗੀਆਂ, ਵਿਟਾਮਿਨ B12, ਕੈਲਸ਼ੀਅਮ ਔਰ ਪ੍ਰੋਟੀਨ ਮਿਲ ਜਾਏਗਾ ਅਤੇ ਫੈਟ ਤੋਂ ਅਸੀਂ ਜ਼ਰੂਰ ਬਚ ਸਕਦੇ ਹਾਂ। ਸੋ ਵਿਟਾਮਿਨ B12 ਦੀ ਡੈਫੀਸ਼ੀਐਂਸੀ ਦੇ ਨਾਲ ਸਿਰਫ ਸਾਡੀ ਨਰਵ ਸੈੱਲ ਦਾ ਜਿਹੜਾ ਹੈ ਨੁਕਸਾਨ ਨਹੀਂ ਹੁੰਦਾ, ਬਲਕਿ ਕਈਆਂ ਦੇ ਜਿਹੜੇ ਬਾਲ ਚੜ੍ਹਨ ਦੀ ਪ੍ਰੋਬਲਮ ਹੋ ਜਾਂਦੀ ਹੈ, ਕਮਜ਼ੋਰੀ ਬਹੁਤ ਜ਼ਿਆਦਾ ਫੀਲ ਹੁੰਦੀ ਹੈ, ਮੂਡ ਸਵਿੰਗਸ ਅਸੀਂ ਦੇਖਦੇ ਹਾਂ, ਚਿੜਚਿੜਾਪਨ ਆ ਜਾਂਦਾ ਬਹੁਤ ਜ਼ਿਆਦਾ, ਜਾਂ ਸਾਡੀ ਮੈਮਰੀ ਲੌਸ ਦੀ ਪ੍ਰੋਬਲਮ ਹੋਣ ਲੱਗਦੀ ਹੈ, ਇਹ ਸਾਰੀ ਕਿਤੇ ਨਾ ਕਿਤੇ B12 ਦੀ ਕਮੀ ਦੇ ਨਾਲ ਹੈ। ਫੀਮੇਲਸ ਵਿੱਚ B12 ਦੀ ਕਮੀ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ, ਇਸੇ ਕਰਕੇ ਤਾਂ ਜਿਹੜਾ ਚਿੜਚਿੜਾਪਨ ਦਾ ਨਾਮ ਹੈ ਨਾ ਉਹ ਫੀਮੇਲਸ ਦੇ ਨਾਲ ਜੋੜ ਦਿੱਤਾ ਜਾਂਦਾ, ਬਟ ਇਹ ਨਹੀਂ ਸਮਝਿਆ ਜਾਂਦਾ ਕਿ ਕੁਛ ਡੈਫੀਸ਼ੀਐਂਸੀਜ਼ ਦੇ ਕਾਰਨ ਮੂਡਸ ਦੇ ਵਿੱਚ ਇਸ ਤਰ੍ਹਾਂ ਦਾ ਬਦਲਾਅ ਆ ਰਿਹਾ ਹੈ, ਚਿੜਚਿੜਾਪਨ ਆ ਰਿਹਾ, ਗੁੱਸਾ ਆ ਰਿਹਾ। ਸੋ ਫੀਮੇਲਸ ਆਪਣੇ ਆਪ ਲਈ ਤੁਸੀਂ ਇਹ ਕੰਮ ਜ਼ਰੂਰ ਕਰਨਾ, ਮਹਿਲਾਵਾਂ ਨੂੰ ਆਪਣੀਆਂ ਭੈਣਾਂ ਨੂੰ ਜ਼ਰੂਰ ਕਹਿਣਾ ਚਾਹੂੰਗੀ, ਆਪਣੀ ਡਾਇਟ ਵਿੱਚ ਚੰਗੀਆਂ ਚੀਜ਼ਾਂ ਐਡ ਕਰਨੀਆਂ ਸ਼ੁਰੂ ਕਰ ਦਿਓ, ਆਪਣੇ ਪਰਿਵਾਰ ਦਾ ਖਿਆਲ ਤਾਂ ਤੁਸੀਂ ਰੱਖਦੇ ਹੋ, ਆਪਣਾ ਖਿਆਲ ਵੀ ਰੱਖਣਾ ਜ਼ਰੂਰ ਸ਼ੁਰੂ ਕਰੋ, ਤਾਂ ਕਿ ਤੁਹਾਡੇ ਨਾਮ ਦੇ ਨਾਲ ਚਿੜਚਿੜੇਪਨ ਦਾ ਜਿਹੜਾ ਟੈਗ ਹੈ ਉਤਰ ਜਾਏ ਅਤੇ ਤੁਸੀਂ ਖੁਸ਼ ਰਹੋ ਜਿਵੇਂ ਤਾਂ ਪਹਿਲਾਂ ਕੁਛ ਸਾਲ ਪਹਿਲਾਂ ਤੁਸੀਂ ਹੁੰਦੇ ਸੀ। ਕਿਉਂਕਿ ਕੁਛ ਫੀਮੇਲਸ ਕੁਛ ਸੋਚਦੀਆਂ, ਮੈਂ ਪਹਿਲਾਂ ਤਾਂ ਐਵੇਂ ਨਹੀਂ ਸੀ, ਪਤਾ ਨਹੀਂ ਮੈਂ ਹੁਣ ਕਿਉਂ ਐਵੇਂ ਹੋ ਗਈ, ਤੁਸੀਂ ਹੁਣ ਐਵੇਂ ਤਾਂ ਹੋ ਗਏ ਕਿਉਂਕਿ ਤੁਹਾਡੇ ਅੰਦਰ ਕਈ ਤਰ੍ਹਾਂ ਦੇ ਵਿਟਾਮਿਨ ਦੀ ਡੈਫੀਸ਼ੀਐਂਸੀ ਹੈ। ਸੋ ਇਸ ਡੈਫੀਸ਼ੀਐਂਸੀ ਨੂੰ ਦੂਰ ਕਰੋ, ਵਿਟਾਮਿਨ B12 ਆਪਣੀ ਡਾਇਟ ਵਿੱਚ ਸ਼ਾਮਿਲ ਕਰਨਾ। ਅਗਰ ਵੈਜੀਟੇਰੀਅਨ ਹੋ ਤਾਂ ਤੁਸੀਂ ਡਾਕਟਰ ਦੀ ਸਲਾਹ ਦੇ ਨਾਲ ਕੋਈ ਸਪਲੀਮੈਂਟ ਵੀ ਜ਼ਰੂਰ ਆਪਣੀ ਡਾਇਟ ਵਿੱਚ ਸ਼ਾਮਿਲ ਕਰ ਸਕਦੇ ਹੋ, ਤਾਂ ਕਿ ਵਿਟਾਮਿਨ B12 ਦੀ ਕਮੀ ਤੁਹਾਡੇ ਅੰਦਰ ਨਾ ਹੋਵੇ। ਜਦ ਵੀ ਕਦੇ ਬਲੱਡ ਟੈਸਟ ਕਰਵਾਓ ਤਾਂ ਨਾਲ ਵਿਟਾਮਿਨ B12 ਦਾ ਟੈਸਟ ਵੀ ਕਰਾਓ ਔਰ ਦੇਖੋ ਤੁਹਾਡੇ ਵਿੱਚ ਵਿਟਾਮਿਨ B12 ਦੀ ਡੈਫੀਸ਼ੀਐਂਸੀ ਤਾਂ ਨਹੀਂ ਆ ਰਹੀ ਹੈ। ਅਗਲੇ ਵਿਟਾਮਿਨ ਦੀ ਗੱਲ ਕਰਦੇ ਹਾਂ ਤਾਂ ਅਗਲਾ ਵਿਟਾਮਿਨ ਜਿਸ ਦੀ ਡੈਫੀਸ਼ੀਐਂਸੀ ਦੇ ਨਾਲ ਸਾਡੇ ਹੱਥ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਨੇ, ਉਹ ਹੈ ਜੀ ਵਿਟਾਮਿਨ B1। ਹੁਣ ਵਿਟਾਮਿਨ B1 ਦੇ ਰੋਲ ਨੂੰ ਵੀ ਸਮਝ ਲੈਂਦੇ ਹਾਂ ਅਤੇ ਜਿਹੜਾ ਸਾਡਾ ਬ੍ਰੇਨ ਹੈ ਉਸਦੀਆਂ ਜਿਹੜੀਆਂ ਨਸਾਂ ਨੇ ਉਹਨਾਂ ਤੱਕ ਗਲੂਕੋਜ਼ ਪਹੁੰਚਾਉਣ ਦਾ ਕੰਮ ਜੋ ਹੈ ਵਿਟਾਮਿਨ B1 ਕਰਦਾ ਹੈ। ਸੋ ਸਾਡੀ ਪੂਰੀ ਬੋਡੀ ਜੋ ਹੈ ਗਲੂਕੋਜ਼, ਜਿਸਨੂੰ ਅਸੀਂ ਐਨਰਜੀ ਕਹਿੰਦੇ ਹਾਂ, ਉਸਦੇ ਨਾਲ ਹੀ ਸਾਡੀ ਬੋਡੀ ਕੰਮ ਕਰਦੀ ਹੈ, ਐਨਰਜੀ ਮਿਲਦੀ ਰਹਿੰਦੀ ਹੈ, ਅਸੀਂ ਭੱਜਦੇ ਰਹਿੰਦੇ ਹਾਂ, ਸਾਰੇ ਕੰਮ ਕਰਦੇ ਰਹਿੰਦੇ ਹਾਂ, ਅਤੇ ਸਾਡਾ ਦਿਮਾਗ ਵੀ ਤਾਂ ਹੀ ਕੰਮ ਕਰੇਗਾ ਜੇ ਉਹਦੇ ਤੱਕ ਸਹੀ ਐਨਰਜੀ ਗਲੂਕੋਜ਼ ਮਿਲਦਾ ਰਹੇਗਾ। ਅਤੇ ਵਿਟਾਮਿਨ B1 ਅਗਰ ਪ੍ਰੋਪਰ ਤੁਹਾਡੀ ਡਾਇਟ ਵਿੱਚ ਹੋਏਗਾ ਤਾਂ ਹੀ ਤਾਂ ਬ੍ਰੇਨ ਦੀਆਂ ਕੋਸ਼ਿਕਾਵਾਂ ਤੱਕ ਗਲੂਕੋਜ਼ ਪਹੁੰਚ ਸਕੇਗਾ, ਅਤੇ ਜੇ ਤੁਸੀਂ ਵਿਟਾਮਿਨ B1 ਹੀ ਆਪਣੀ ਡਾਇਟ ਵਿੱਚ ਨਹੀਂ ਲਿਆ ਤਾਂ ਤੁਹਾਡੇ ਦਿਮਾਗ ਦੀ ਜਿਹੜੀ ਨਰਵਸ ਨੇ, ਕੋਸ਼ਿਕਾਵਾਂ ਨੇ, ਉਹਨਾਂ ਤੱਕ ਐਨਰਜੀ ਪਹੁੰਚਦੀ ਨਹੀਂ। ਹੁੰਦਾ ਕੀ ਹੈ, ਉਸਦੇ ਨਾਲ ਕੀ ਹੁੰਦਾ, ਸਾਨੂੰ ਭੁੱਲਣਾ ਸ਼ੁਰੂ ਹੋ ਜਾਂਦਾ ਹੈ, ਚੀਜ਼ਾਂ ਯਾਦ ਨਹੀਂ ਰਹਿੰਦੀਆਂ, ਕੁਛ ਰੱਖਤਾ ਹੁਣੇ ਰੱਖਿਆ ਸੀ ਹੁਣੇ ਯਾਦ ਨਹੀਂ ਹੈ, ਬਹੁਤ ਜ਼ਰੂਰੀ ਕੰਮ ਸੀ, ਬਹੁਤ ਦਿਨਾਂ ਤੋਂ ਸੋਚਿਆ ਹੋਇਆ ਸੀ ਕਰਨਾ ਕਰਨਾ ਕਰਨਾ, ਪਰ ਜਿੱਦਣ ਕਰਨਾ ਸੀ ਉੱਦਣ ਹੀ ਭੁੱਲ ਗਏ। ਸੋ ਅਗਰ ਤੁਹਾਡੇ ਨਾਲ ਅਜਿਹਾ ਹੋ ਰਿਹਾ ਤਾਂ ਤੁਸੀਂ ਸਮਝ ਲਓ ਤੁਹਾਡੇ ਅੰਦਰ ਵੀ ਵਿਟਾਮਿਨ B1 ਦੀ ਕਮੀ ਹੈ। ਸੋ ਜਦੋਂ ਵਿਟਾਮਿਨ B ਦੀ ਕਮੀ ਹੁੰਦੀ ਹੈ ਤਾਂ ਇਕੱਲਾ ਇੱਕ ਵਿਟਾਮਿਨ ਹੀ, ਇਹ ਸਾਰੇ ਹੀ ਵਿਟਾਮਿਨਸ ਦੀ ਕਮੀ ਹੋ ਰਹੀ ਹੁੰਦੀ ਹੈ, ਜੋ ਹੌਲੀ 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 ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਅਸੀਂ ਧਿਆਨ ਹੀ ਨਹੀਂ ਦਿੰਦੇ, ਅਤੇ ਫਿਰ ਬਾਅਦ ਵਿੱਚ ਉਹ ਵੱਡੀ ਪ੍ਰੋਬਲਮ ਜਾਂ ਵੱਡੀ ਬਿਮਾਰੀ ਸਾਡੀ ਬੋਡੀ ਵਿੱਚ ਬਣ ਜਾਂਦੀ ਹੈ। ਸੋ ਅਜਿਹਾ ਤੁਸੀਂ ਨਹੀਂ ਹੋਣ ਦੇਣਾ, ਤਾਂ ਆਪਣੀ ਡਾਇਟ ਨੂੰ ਜ਼ਰੂਰ ਸੁਧਾਰ ਲਓ। ਹੁਣ ਨੈਚੁਰਲ ਸੋਰਸਿਸ ਦੀ ਵੀ ਆਪਾਂ ਗੱਲ ਕਰ ਲਈਏ ਤਾਂ ਹੋਲ ਗ੍ਰੇਨ ਜਿਹੜੀਆਂ ਹੁੰਦੀਆਂ ਨੇ, ਛਿਲਕੇ ਸਮੇਂ ਜਿਹੜੇ ਗ੍ਰੇਨ ਅਨਾਜ ਨੇ, ਉਹਨਾਂ ਦੇ ਵਿੱਚ ਸਾਨੂੰ ਸਾਬਤ ਅਨਾਜ ਜਿਹੜੇ ਉਹਨਾਂ ਦੇ ਵਿੱਚ ਸਾਨੂੰ ਵਿਟਾਮਿਨ B1 ਮਿਲ ਜਾਂਦਾ। ਨਟਸ ਹੈ, ਸੀਡਸ ਹੈ, ਨਟਸ ਦੇ ਵਿੱਚ ਆਪਣੇ ਅਖਰੋਟ ਬਦਾਮ ਆ ਜਾਂਦੇ ਨੇ, ਰਾਤ ਨੂੰ ਭਿਗੋ, ਸਵੇਰੇ ਬਦਾਮਾਂ ਦਾ ਛਿਲਕਾ ਉਤਾਰ ਕੇ ਖਾਓ। ਸੀਡਸ ਦੇ ਵਿੱਚ ਸਾਡੇ ਕੋਲ ਪੰਪਕਿਨ ਸੀਡਸ ਨੇ, ਸਨਫਲਾਵਰ ਸੀਡਸ ਨੇ, ਇਹਨਾਂ ਚੰਗੀਆਂ ਚੀਜ਼ਾਂ ਨੂੰ ਆਪਣੀ ਡਾਇਟ ਦਾ ਹਿੱਸਾ ਬਣਾ ਲਓ ਤਾਂ ਕਿ ਤੁਸੀਂ ਸਿਹਤਮੰਦ ਰਹੋ। ਬਿਲਕੁਲ ਹੀ ਤੁਸੀਂ ਆਪਣੀ ਆਦਤਾਂ ਅਪਣਾਓਗੇ ਇਸ ਤਰ੍ਹਾਂ ਨਾਲ, ਤਾਂ ਹੀ ਤੁਹਾਡੇ ਬੱਚੇ ਤੁਹਾਨੂੰ ਦੇਖ ਦੇਖ ਕੇ ਚੰਗੀਆਂ ਖਾਣ ਪੀਣ ਦੀਆਂ ਆਦਤਾਂ ਬਣਾ ਸਕਣਗੇ।
ਅਗਲੀ ਆਪਾਂ ਵਿਟਾਮਿਨ ਦੀ ਕਮੀ ਦੀ ਗੱਲ ਕਰੀਏ, ਵਿਟਾਮਿਨ B6 ਦੀ ਕਮੀ ਦੇ ਨਾਲ ਵੀ ਜੋ ਹੈ ਹੱਥ ਪੈਰ ਸੁੰਨ ਹੋਣ ਦੀ ਆਪਾਂ ਪ੍ਰੋਬਲਮ ਦੇਖਦੇ ਹਾਂ। ਵਿਟਾਮਿਨ B6 ਦੇ ਰੋਲ ਨੂੰ ਵੀ ਅਗਰ ਆਪਾਂ ਸਮਝੀਏ ਤਾਂ ਜਿਹੜੇ ਬ੍ਰੇਨ ਦੇ ਸਿਗਨਲਸ ਨੇ ਉਹਨਾਂ ਨੂੰ ਸਹੀ ਤਰ੍ਹਾਂ ਨਾਲ ਕੰਮ ਕਰਨ ਦੇ ਲਈ, ਕਿ ਬ੍ਰੇਨ ਦਾ ਸਿਗਨਲ ਇੱਕ ਥਾਂ ਤੋਂ ਦੂਜੀ ਥਾਂ 'ਤੇ ਸਹੀ ਤਰ੍ਹਾਂ ਨਾਲ ਪਹੁੰਚਦਾ ਰਹੇ, ਉਸਦੇ ਲਈ ਹੀ ਜ਼ਰੂਰੀ ਹੁੰਦਾ ਹੈ ਵਿਟਾਮਿਨ B6। ਸੋ ਅਸੀਂ ਚੀਜ਼ਾਂ ਜੋ ਨੋਰਮਲੀ ਖਾ ਰਹੇ ਹੁੰਦੇ ਹਾਂ, ਅਸੀਂ ਵਿਟਾਮਿਨ ਦੀ ਗੱਲ ਤਾਂ ਕਰਦੇ ਹਾਂ ਔਰ ਸਾਨੂੰ ਪਤਾ ਹੁੰਦਾ ਕਿ ਠੀਕ ਹੈ ਸਾਡੀ ਬੋਡੀ ਲਈ ਜ਼ਰੂਰੀ ਹੈ, ਪਰ ਉਹ ਕੰਮ ਕੀ ਕਰ ਰਿਹਾ ਸਾਨੂੰ ਪਤਾ ਨਹੀਂ ਹੁੰਦਾ। ਤਾਂ ਇਸੇ ਲਈ ਸ਼ਾਇਦ ਅਸੀਂ ਵਿਟਾਮਿਨਸ ਨੂੰ ਇੰਨਾ ਸੀਰੀਅਸਲੀ ਲੈਂਦੇ ਹੀ ਨਹੀਂ ਹਾਂ, ਅਸੀਂ ਸੋਚਦੇ ਹੀ ਨਹੀਂ ਹਾਂ ਕਿ ਵਿਟਾਮਿਨ ਦੀ ਡੈਫੀਸ਼ੀਐਂਸੀ ਹੈ ਤਾਂ ਫਿਰ ਕੀ ਹੋ ਗਿਆ, ਚਲ ਕੋਈ ਗੱਲ ਨਹੀਂ। ਪਰ ਅੱਜ ਸਮਝੋ ਕਿ ਵਿਟਾਮਿਨਸ ਦੀ ਕਮੀ ਦੇ ਨਾਲ ਕਿੰਨਾ ਵੱਡਾ ਨੁਕਸਾਨ ਤੁਹਾਡੀ ਬੋਡੀ ਦੇ ਅੰਦਰ ਹੋ ਰਿਹਾ ਔਰ ਸਾਡੇ ਦਿਮਾਗ ਤੱਕ ਦੇਖੋ ਕਿੰਨਾ ਗਹਿਰਾ ਨੁਕਸਾਨ ਇਹਦਾ ਪਹੁੰਚ ਰਿਹਾ ਹੁੰਦਾ। ਸੋ ਮੈਂ ਜਿਵੇਂ ਕਿ ਗੱਲ ਕਰ ਰਹੀ ਹਾਂ ਬ੍ਰੇਨ ਦੇ ਸਿਗਨਲਸ ਦੀ ਆਪਾਂ ਗੱਲ ਕਰ ਰਹੇ ਹਾਂ, ਇਸੇ ਲਈ ਤਾਂ ਸਾਨੂੰ ਕਦੇ ਕੋਈ ਫੀਲਿੰਗ ਅੱਛੀ ਤਰ੍ਹਾਂ ਨਹੀਂ ਆ ਪਾ ਰਹੀ ਹੁੰਦੀ ਹੈ, ਮੂਡਸ ਨੂੰ ਲੈ ਕੇ ਆਪਾਂ ਗੱਲ ਕਰ ਲਈਏ, ਜਾਂ ਜਿਹੜਾ ਨਰਵਸ ਹੈ ਸਾਡਾ ਕਮਿਊਨੀਕੇਸ਼ਨ ਹੈ ਇੱਕ ਦੂਜੇ ਦਾ ਸਿਸਟਮ ਦੇ ਵਿੱਚ ਉਹ ਸਹੀ ਢੰਗ ਨਾਲ ਨਹੀਂ ਹੋ ਪਾ ਰਿਹਾ, ਅਸੀਂ ਬੁਝੇ ਰਹਿਣਾ ਸ਼ੁਰੂ ਹੋ ਜਾਂਦੇ ਹਾਂ, ਉਦਾਸ ਰਹਿਣਾ ਸ਼ੁਰੂ ਹੋ ਜਾਂਦੇ ਹਾਂ, ਕਿਸੇ ਕੰਮ ਵਿੱਚ ਜੀ ਹੀ ਨਹੀਂ ਲੱਗਦਾ, ਕੁਝ ਕਰਨ ਨੂੰ ਮਨ ਨਹੀਂ ਕਰਦਾ, ਬਸ ਬੈਠੇ ਹਾਂ, ਜਿਹੜੇ ਕੰਮ ਲੱਗੇ ਹਾਂ ਲੱਗੇ ਹਾਂ, ਕੁਝ ਕ੍ਰੀਏਟੀਵਿਟੀ ਮਾਇੰਡ ਵਿੱਚ ਨਹੀਂ ਰਹਿ ਗਈ ਹੈ, ਕੁਝ ਚੰਗਾ ਕਰਨ ਦਾ ਮਨ ਨਹੀਂ ਕਰਦਾ। ਅਸੀਂ ਸੋਚਦੇ ਹਾਂ ਸ਼ਾਇਦ ਉਮਰ ਹੋ ਗਈ ਹੈ, ਨੋਰਮਲੀ ਕਹਿ ਦਿੱਤਾ ਜਾਂਦਾ ਕਿ ਉਮਰ ਹੋ ਗਈ ਹੈ, ਅਜਿਹਾ ਨਹੀਂ ਹੈ, ਤੁਹਾਡੇ ਵਿਟਾਮਿਨਸ ਘੱਟ ਗਏ ਨੇ, ਇਹ ਹੈ ਉਸਦਾ ਰੀਜ਼ਨ। ਸੋ ਵਿਟਾਮਿਨ B6 ਵੀ ਤੁਸੀਂ ਆਪਣੀ ਡਾਇਟ ਵਿੱਚ ਚੰਗਾ ਰੱਖਣਾ ਹੈ ਤਾਂ ਉਸਦੇ ਲਈ ਵੀ ਦੇਖੋ ਨੋਨ ਵੈਜੀਟੇਰੀਅਨ ਡਾਇਟ ਹੈ ਜਿਨ੍ਹਾਂ ਦੀ, ਉਹਨਾਂ ਦੇ ਵਿੱਚ ਤਾਂ ਸਾਰੇ ਵਿਟਾਮਿਨਸ ਚੰਗੀ ਮਾਤਰਾ ਵਿੱਚ ਹੈ ਹੀ ਹੈ, ਪਰ ਫਿਰ ਤੋਂ ਦੱਸ ਦਿੰਦੀ ਹਾਂ ਚਿਕਨ, ਫਿਸ਼, ਐਗ, ਇਹ ਸਭ ਤੋਂ ਵਿਟਾਮਿਨ B6 ਮਿਲ ਜਾਏਗਾ। ਵੈਜੀਟੇਰੀਅਨਸ ਦੀ ਆਪਾਂ ਗੱਲ ਕਰ ਲਈਏ ਤਾਂ ਐਵੋਕੈਡੋ ਜਿਹੜਾ ਫਰੂਟ ਹੈ ਉਸਦੇ ਵਿੱਚ ਵਿਟਾਮਿਨ B6 ਤੁਹਾਨੂੰ ਚੰਗੀ ਮਾਤਰਾ ਵਿੱਚ ਮਿਲ ਜਾਏਗਾ। ਨਾਲ ਹੀ ਆਪਾਂ ਗੱਲ ਕਰੀਏ ਜਿਹੜਾ ਕਸਟਰਡ ਐਪਲ ਹੈ ਉਸਦੇ ਵਿੱਚ ਤੁਹਾਨੂੰ ਚੰਗੀ ਮਾਤਰਾ 'ਚ ਵਿਟਾਮਿਨ B6 ਮਿਲੇਗਾ। ਪਾਲਕ ਦੀ ਸਬਜ਼ੀ ਹੈ, ਗਾਜਰ ਹੈ, ਟਮਾਟਰ ਹੈ, ਅਤੇ ਇੱਥੇ ਮੈਂ ਜ਼ਰੂਰ ਦੱਸਦਾ ਜਦੋਂ ਆਪਾਂ ਸਬਜ਼ੀਆਂ ਦੀ ਗੱਲ ਕਰਦੇ ਹਾਂ ਨਾ, ਅਸੀਂ ਸਬਜ਼ੀਆਂ ਜਦੋਂ ਪਕਾ ਦਿੰਦੇ ਹਾਂ ਜਿੰਨੇ ਵੀ ਵਾਟਰ ਸੋਲਿਬਲ ਵਿਟਾਮਿਨ ਹੁੰਦੇ ਨੇ ਇਹ ਸਾਰੇ ਤੇਜ਼ ਹੀਟ ਦੇ ਕਰਕੇ ਖਤਮ ਹੋ ਜਾਂਦੇ ਨੇ ਸਾਡੀ ਸਬਜ਼ੀ ਵਿੱਚੋਂ, ਅਤੇ ਅਸੀਂ ਸ਼ਾਇਦ ਸਬਜ਼ੀ ਇਹੀ ਸੋਚ ਕੇ ਮਜ਼ੇ ਨਾਲ ਖਾ ਰਹੇ ਹੁੰਦੇ ਹਾਂ, ਅਸੀਂ ਤਾਂ ਜੀ ਫਰੈਸ਼ ਹਰੀਆਂ ਸਬਜ਼ੀਆਂ ਖਾ ਰਹੇ ਹਾਂ, ਸਾਨੂੰ ਚੰਗੇ ਵਿਟਾਮਿਨ ਜੋ ਹੈ ਇਸ ਤੋਂ ਮਿਲ ਰਹੇ ਨੇ, ਪਰ ਜਦੋਂ ਅਸੀਂ ਕੁਕਿੰਗ ਕਰਦੇ ਹਾਂ ਤੇਜ਼ ਹੀਟ 'ਤੇ ਸਬਜ਼ੀਆਂ ਨੂੰ ਪਕਾ ਲੈਂਦੇ ਹਾਂ ਤਾਂ ਇਹ ਵਿਟਾਮਿਨ ਸਾਰੇ ਉੱਡ ਚੁੱਕੇ ਹੁੰਦੇ ਨੇ। ਸੋ ਜਿੰਨੇ ਵੀ ਆਪਾਂ ਸਲਾਦ ਖਾਣ ਦੀ ਕੋਸ਼ਿਸ਼ ਕਰੀਏ, ਜਿਵੇਂ ਖੀਰਾ ਹੈ, ਟਮਾਟਰ ਹੈ, ਪੱਤੇਦਾਰ ਸਬਜ਼ੀਆਂ, ਕੁਛ ਅਸੀਂ ਅਗਰ ਕੱਚੀਆਂ ਜੋ ਸਲਾਦ ਦੇ ਰੂਪ ਵਿੱਚ ਖਾ ਸਕਦੇ ਹਾਂ, ਕੜੀ ਪੱਤਾ ਹੈ, ਪੁਦੀਨਾ ਹੈ, ਧਨੀਆ ਹੈ, ਜੋ ਚੀਜ਼ ਆਪਾਂ ਕੱਚੀਆਂ ਖਾ ਸਕਦੇ ਹਾਂ ਨਾ, ਅਗਰ ਤੁਸੀਂ ਖਾਂਦੇ ਹੋ ਤਾਂ ਤੁਹਾਨੂੰ ਬੜੇ ਹੀ ਸਹੀ ਢੰਗ ਦੇ ਨਾਲ ਇਹ ਵਿਟਾਮਿਨਸ ਜੋ ਹੈ ਮਿਲ ਜਾਂਦੇ ਨੇ ਬਿਨਾਂ ਪਕਾਏ ਹੋਏ ਸਬਜ਼ੀ ਤੋਂ। ਅੱਗੋਂ ਆਪਾਂ ਗੱਲ ਕਰੀਏ ਵਿਟਾਮਿਨ ਈ। ਵਿਟਾਮਿਨ ਈ ਇੱਕ ਬਹੁਤ ਚੰਗਾ ਐਂਟੀਆਕਸੀਡੈਂਟ ਹੈ, ਸਾਡੀ ਬੋਡੀ ਨੂੰ ਹਰ ਵੇਲੇ ਐਂਟੀਆਕਸੀਡੈਂਟਸ ਦੀ ਰਿਕੁਆਇਰਮੈਂਟ ਰਹਿੰਦੀ ਹੀ ਹੈ। ਸੋ ਸਾਡੀ ਬੋਡੀ ਵਿੱਚ ਕਈ ਤਰ੍ਹਾਂ ਦੇ ਫਰੀ ਰੈਡੀਕਲਸ ਪਹੁੰਚਦੇ ਨੇ ਅਲੱਗ ਅਲੱਗ ਤਰ੍ਹਾਂ ਦੀ ਡਾਇਟ ਦੇ ਨਾਲ, ਕਿਉਂਕਿ ਅੱਜ ਕੱਲ੍ਹ ਦੇਖੀਏ ਕਈ ਤਰ੍ਹਾਂ ਦਾ ਖਾਣਾ ਜਦੋਂ ਅਸੀਂ ਕੋਈ ਬਾਜ਼ਾਰੋਂ ਖਾ ਰਹੇ ਹਾਂ, ਕੁਛ ਕਿਸੇ ਵਿੱਚ ਆਰਟੀਫਿਸ਼ਲ ਕਲਰਸ ਯੂਜ਼ ਕੀਤੇ ਗਏ ਨੇ, ਕਿਸੇ ਵਿੱਚ ਆਰਟੀਫਿਸ਼ਲ ਸਵੀਟਨਰ ਪਾਏ ਗਏ ਨੇ, ਕਿਸੇ ਵਿੱਚ ਆਰਟੀਫਿਸ਼ਲ ਟੇਸਟ ਮੇਕਰ ਪਾਏ ਗਏ ਹੁੰਦੇ ਨੇ, ਅਤੇ ਇਹ ਸਾਰੇ ਹੀ ਫਰੀ ਰੈਡੀਕਲਸ ਨੇ ਜੋ ਸਾਡੀ ਬੋਡੀ ਦੇ ਅੰਦਰ ਜਾ ਕੇ ਸਾਡੇ ਨਰਵਸ ਸਿਸਟਮ ਦਾ ਨੁਕਸਾਨ ਕਰ ਰਹੇ ਨੇ, ਸਾਡੇ ਔਰਗਨਸ ਦਾ ਨੁਕਸਾਨ ਕਰ ਰਹੇ ਨੇ, ਅਤੇ ਇਸਦੇ ਲਈ ਸਾਡੀ ਬੋਡੀ ਵਿੱਚ ਐਂਟੀਆਕਸੀਡੈਂਟਸ ਹੋਣਾ ਬਹੁਤ ਜ਼ਰੂਰੀ ਹੈ, ਅਤੇ ਇਹ ਸਾਰੇ ਐਂਟੀਆਕਸੀਡੈਂਟ ਸਾਡੀ ਡਾਇਟ ਦੇ ਨਾਲ ਹੀ ਅਸੀਂ ਆਪਣੀ ਬੋਡੀ ਵਿੱਚ ਭੇਜਾਂਗੇ। ਅਤੇ ਵਿਟਾਮਿਨ ਈ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਸਦੇ ਨੈਚੁਰਲ ਸੋਰਸ ਦੀ ਵੀ ਗੱਲ ਕਰ ਲਈਏ, ਨਟਸ ਐਂਡ ਸੀਡਸ ਸਭ ਤੋਂ ਵਧੀਆ ਸੋਰਸ ਅਸੀਂ ਮੰਨ ਸਕਦੇ ਹਾਂ। ਸੋ ਦੇਖੋ
ਪੰਜ ਬਦਾਮ ਔਰ ਪੰਜ ਸੋਗੀਆਂ, ਦੋ ਅੰਜੀਰ, ਦੋ ਅਖਰੋਟ ਤੁਸੀਂ ਰਾਤ ਨੂੰ ਪਾਣੀ ਵਿੱਚ ਭਿਗੋ ਦਿਓ। ਅਗਲੇ ਦਿਨ ਸਵੇਰੇ ਬਦਾਮਾਂ ਦਾ ਛਿਲਕਾ ਜ਼ਰੂਰ ਉਤਾਰਨਾ ਹੈ। ਇਹ ਤੁਸੀਂ ਪਾਣੀ 'ਚੋਂ ਕੱਢ ਕੇ ਜਦੋਂ ਖਾਂਦੇ ਹੋ ਨਾ ਚੀਜ਼ਾਂ, ਤੁਹਾਨੂੰ ਕਈ ਤਰ੍ਹਾਂ ਦੇ ਵਿਟਾਮਿਨਸ ਇਸ ਤੋਂ ਮਿਲ ਜਾਂਦੇ ਨੇ। ਸੋ ਨੈਚੁਰਲ ਮਲਟੀ ਵਿਟਾਮਿਨ ਖਾ ਕੇ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ। ਰੈਗੂਲਰ ਜਦੋਂ ਤੁਹਾਡੀ ਇਹ ਆਦਤ ਬਣ ਜਾਏਗੀ ਤਾਂ ਤੁਸੀਂ ਖੁਦ ਆਪਣੀ ਬਾਡੀ ਵਿੱਚ ਕਈ ਤਰ੍ਹਾਂ ਦੇ ਚੇਂਜਸ ਦੇਖੋਗੇ, ਸਟਰੈਂਥ ਆਪਣੀ ਫੀਲ ਕਰੋਗੇ, ਹੈਪੀ ਹਾਰਮੋਨਸ ਬਣਦੇ ਬਾਡੀ ਵਿੱਚ ਫੀਲ ਕਰੋਗੇ, ਖੁਸ਼ ਰਹਿਣਾ ਸ਼ੁਰੂ ਕਰ ਦੋਗੇ ਔਰ ਥੱਕਿਆ ਥੱਕਿਆ ਮਹਿਸੂਸ ਨਹੀਂ ਹੋਏਗਾ। ਕੰਮ ਕਰਨ ਨੂੰ ਜੀ ਕਰੇਗਾ, ਨਵੇਂ ਨਵੇਂ ਆਈਡੀਆਜ਼ ਸਾਨੂੰ ਜ਼ਰੂਰ ਆਉਣਗੇ ਕੰਮ ਕਰਨ ਦੇ। ਸੋ ਪਾਲਕ ਜੋ ਹੈ, ਬਰੋਕਲੀ ਹੈ, ਇਹ ਸਾਰੀ ਚੀਜ਼ਾਂ ਵਿਟਾਮਿਨ ਈ ਦੀਆਂ ਵੀ ਚੰਗੀਆਂ ਸੋਰਸ ਨੇ। ਸੋ ਜੇਕਰ ਤੁਸੀਂ ਬਜ਼ੁਰਗ ਹੁੰਦੇ ਹੁੰਦੇ ਆਪਣੀ ਯਾਦਾਸ਼ਤ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੇ ਕਿ ਉਮਰ ਦੇ ਵਧਣ ਦੇ ਨਾਲ ਨਾਲ ਅਸੀਂ ਚੀਜ਼ਾਂ ਭੁੱਲਣੀਆਂ ਸ਼ੁਰੂ ਕਰ ਦਈਏ, ਕਿ ਕੱਲ੍ਹ ਨੂੰ ਅਸੀਂ ਬਜ਼ੁਰਗ ਹੋਣ ਦੀ ਹਾਲਤ ਵਿੱਚ ਸਾਹਮਣੇ ਕੌਣ ਖੜ੍ਹਾ ਇਹ ਵੀ ਪਹਿਚਾਨਣ ਤੋਂ ਰਹਿ ਜਾਈਏ, ਕਿ ਨਾਮ ਕੀ ਹੈ ਉਹਦਾ, ਮੇਰਾ ਕੀ ਲੱਗਦਾ ਇਹ ਵੀ ਭੁੱਲ ਜਾਈਏ, ਤਾਂ ਉਸ ਤੋਂ ਬਿਹਤਰ ਹੈ ਅੱਜ ਹੀ ਆਪਣੀ ਡਾਇਟ ਸਹੀ ਕਰ ਲਓ, ਤਾਂ ਕਿ ਸਿਰਫ ਅੱਜ ਦੀ ਲਾਈਫ ਹੀ ਨਹੀਂ, ਜਦੋਂ ਤੁਸੀਂ ਓਲਡ ਏਜ ਵਿੱਚ ਵੀ ਜਾਓਗੇ ਤਾਂ ਵੀ ਤੁਹਾਡੀ ਮੈਮਰੀ, ਤੁਹਾਡਾ ਬ੍ਰੇਨ ਸਟਰੋਂਗ ਬਣਿਆ ਰਹੇ, ਤੁਹਾਨੂੰ ਸਭ ਗੱਲਾਂ ਯਾਦ ਰਹਿਣ, ਤੁਸੀਂ ਚੁਸਤ ਰਹੋ, ਹਰ ਚੀਜ਼ਾਂ ਵਿੱਚ ਐਕਟਿਵਲੀ ਤੁਸੀਂ ਪਾਰਟੀਸਿਪੇਟ ਕਰ ਸਕੋ। ਜਿੰਨੇ ਵੀ ਬਜ਼ੁਰਗ ਅਗਰ ਇਹ ਵੀਡੀਓ ਦੇਖ ਰਹੇ ਨੇ, ਉਹ ਵੀ ਜ਼ਰੂਰ ਇਹਨਾਂ ਗੱਲਾਂ ਦਾ ਦੇਖੋ ਧਿਆਨ ਰੱਖੋ, ਔਰ ਤਾਂ ਕਿ ਤੁਹਾਡਾ ਸਾਰਾ ਨਰਵਸ ਸਿਸਟਮ ਵਧੀਆ ਬਣਾ ਰਹੇ, ਸਾਨੂੰ ਆਪਣੇ ਇਹਨਾਂ ਹੈਲਥ ਇਸ਼ੂਜ਼ ਦੇ ਲਈ ਵਾਰ ਵਾਰ ਡਾਕਟਰਸ ਦੇ ਕੋਲ ਨਾ ਜਾਣਾ ਪਵੇ। ਇੱਕ ਹੋਰ ਖਾਸ ਚੀਜ਼ ਆ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ, ਉਹ ਹੈ ਜੀ ਤੁਸੀਂ ਸਾਰਿਆਂ ਨੇ ਸੈਰ ਕਰਨ ਦੀ ਆਦਤ ਜ਼ਰੂਰ ਰੱਖਣੀ ਹੈ। ਸਵੇਰੇ, ਦੁਪਹਿਰੇ ਜਾਂ ਸ਼ਾਮ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ, ਅੱਧਾ ਪੌਣਾ ਘੰਟਾ ਤੁਸੀਂ ਸੈਰ ਜ਼ਰੂਰ ਕਰੋ। ਜਦੋਂ ਅਸੀਂ ਸੈਰ ਕਰਦੇ ਹਾਂ ਸਾਡੀ ਪੂਰੀ ਬਾਡੀ ਦੇ ਵਿੱਚ ਬਲੱਡ ਫਲੋ ਸਹੀ ਬਣਿਆ ਰਹਿੰਦਾ, ਪੂਰਾ ਬਲੱਡ ਫਲੋ ਸਹੀ ਰਹੇਗਾ ਤਾਂ ਆਕਸੀਜਨ ਸਾਡੇ ਸਾਰੇ ਔਰਗਨਸ ਤੱਕ ਚੰਗੀ ਮਾਤਰਾ ਵਿੱਚ ਪਹੁੰਚੇਗੀ, ਅਤੇ ਜਦੋਂ ਆਕਸੀਜਨ ਸਾਰੇ ਔਰਗਨਸ ਨੂੰ ਸਹੀ ਮਾਤਰਾ ਵਿੱਚ ਪਹੁੰਚੇਗੀ ਤਾਂ ਉਹ ਹੈਲਦੀ ਰਹਿਣਗੇ, ਉਹਨਾਂ ਤੱਕ ਐਨਰਜੀ ਵੀ ਪਹੁੰਚਦੀ ਰਹੇਗੀ, ਸਾਡੇ ਔਰਗਨ ਸਾਹ ਵੀ ਲੈਂਦੇ ਰਹਿਣਗੇ, ਕਿਉਂਕਿ ਸਾਡਾ ਸਾਰਿਆਂ ਦਾ ਅੱਜ ਕੱਲ੍ਹ ਸੈਡੈਂਟਰੀ ਲਾਈਫ ਸਟਾਈਲ ਹੋ ਚੁੱਕਿਆ, ਯਾਨੀ ਕਿ ਅਗਰ ਆਫਿਸ ਹੈ, ਆਫਿਸ 'ਚ ਬੈਠੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਬੈਠੇ ਬੈਠੇ ਕੰਮ ਕਰ ਰਹੇ ਹਾਂ, ਘਰਾਂ ਦੇ ਵਿੱਚ ਵੀ ਅੱਜ ਕੱਲ੍ਹ ਅਸੀਂ ਸਾਰਾ ਕੰਮ ਜੋ ਹੈ ਮਸ਼ੀਨਸ ਦੇ ਨਾਲ ਹੀ ਜ਼ਿਆਦਾਤਰ ਕੰਮ ਕਰ ਰਹੇ ਹਾਂ, ਜਿਹੜੇ ਆਪਣਾ ਕੰਮ ਖੁਦ ਕਰ ਰਹੇ ਨੇ ਪੂਰਾ ਦਿਨ ਬਹੁਤ ਹਿਲਜੁਲ ਰਹਿੰਦੀ ਹੈ, ਐਕਟਿਵ ਰਹਿੰਦੇ ਹੋ ਫਿਜ਼ੀਕਲੀ, ਬਹੁਤ ਚੰਗੀ ਗੱਲ ਹੈ, ਪਰ ਜਿਨ੍ਹਾਂ ਕੋਲ ਜ਼ਿਆਦਾਤਰ ਕੰਮ ਮਸ਼ੀਨਸ ਦੇ ਨਾਲ ਹੀ ਹੋ ਰਿਹਾ ਤਾਂ ਤੁਸੀਂ ਘੱਟੋ ਘੱਟ ਖੁਦ ਦੇ ਲਈ ਸੈਰ ਕਰਨ ਦੀ ਆਦਤ ਜ਼ਰੂਰ ਪਾ ਲਓ। ਪਾਣੀ ਚੰਗੀ ਮਾਤਰਾ ਵਿੱਚ ਆਪਾਂ ਜ਼ਰੂਰ ਪੀਣਾ, ਕਿਉਂਕਿ ਜਦੋਂ ਪਾਣੀ ਅਸੀਂ ਚੰਗੀ ਮਾਤਰਾ ਵਿੱਚ ਪੀਂਦੇ ਹਾਂ ਤਾਂ ਵੀ ਜਿੰਨੇ ਵੀ ਫ੍ਰੀ ਰੈਡੀਕਲਸ ਨੇ ਸਾਡੀ ਬਾਡੀ ਤੋਂ ਬਾਹਰ ਹੋ ਸਕਦੇ ਨੇ, ਸਾਡਾ ਲੀਵਰ ਡਿਟੋਕਸ ਹੋਇਆ ਰਹਿੰਦਾ, ਸਾਡੀ ਕਿਡਨੀ ਡਿਟੋਕਸ ਹੋਈ ਰਹਿੰਦੀ ਹੈ। ਸੋ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਮੈਨੂੰ ਉਮੀਦ ਹੈ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ, ਅਗਰ ਚੰਗੀ ਲੱਗੀ ਹੈ ਤਾਂ ਇਸਨੂੰ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ। ਇਹ ਵੀਡੀਓਜ਼ ਬਣਾਉਣ ਦਾ ਫਾਇਦਾ ਤਾਂ ਹੀ ਹੋਏਗਾ ਜੇਕਰ ਤੁਸੀਂ ਵੀਡੀਓ ਦੇਖੀ ਹੈ ਤਾਂ ਅੱਗੋਂ ਦੋ ਤਿੰਨ ਜਣਿਆਂ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ, ਹੋਰਾਂ ਤੱਕ ਵੀ ਆਪਾਂ ਇਹ ਜਾਣਕਾਰੀ ਜ਼ਰੂਰ ਪਹੁੰਚਾਈਏ, ਤਾਂ ਕਿ ਦਵਾਈਆਂ ਤੋਂ ਬਿਨਾਂ ਵੀ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕੀਏ। ਜਿਹੜੀਆਂ ਗਲਤੀਆਂ ਅਸੀਂ ਕਰ ਰਹੇ ਹਾਂ ਨਾ ਆਪਣੇ ਖਾਣ ਪੀਣ ਦੀਆਂ, ਜ਼ਿੰਦਗੀ ਜਿਉਣ ਦੀਆਂ, ਡੇਲੀ ਲਾਈਫ ਦੇ ਵਿੱਚ, ਇਹ ਸਾਡੀਆਂ ਗਲਤੀਆਂ ਹੀ ਨੇ ਜੋ ਸਾਡੀਆਂ ਬਿਮਾਰੀਆਂ ਬਣ ਕੇ ਸਾਡੇ ਸਾਹਮਣੇ ਆ ਰਹੀਆਂ ਨੇ। ਸੋ ਅਸੀਂ ਤਾਂ ਇਹ ਗਲਤੀਆਂ ਕਰ ਲਈਆਂ, ਤਾਂ ਕਿਉਂ ਨਾ ਆਪਾਂ ਇਹਨਾਂ ਗਲਤੀਆਂ ਨੂੰ ਸੁਧਾਰੀਏ, ਅੱਗੋਂ ਆਪਣੇ ਬੱਚਿਆਂ ਨੂੰ ਚੰਗੀਆਂ ਆਦਤਾਂ ਪਾਈਏ, ਤੁਹਾਡੇ ਤੋਂ ਹੀ ਤੁਹਾਡੇ ਬੱਚੇ ਸਿੱਖਣਗੇ। ਸੋ ਉਮੀਦ ਕਰਦੀ ਹਾਂ ਮੇਰੀ ਇਹ ਕੋਸ਼ਿਸ਼ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆ ਰਹੀ ਹੈ। ਅਗਰ ਮੇਰੀ ਕੋਸ਼ਿਸ਼ ਪਸੰਦ ਆ ਰਹੀ ਹੈ ਤਾਂ ਫਿਰ ਤੋਂ ਕਹੂੰਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ, ਕਮੈਂਟ ਕਰਕੇ ਵੀ ਆਪਣੇ ਵਿਚਾਰ ਮੇਰੇ ਨਾਲ ਜ਼ਰੂਰ ਸਾਂਝੇ ਕਰਿਓ। ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਲਓ। ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ। ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ। ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ।